ਨਰਮੇ ਤੇ ਕਪਾਹ ਦੇ ਥੱਲੇ ਜਿਹੜਾ ਰਕਵ ਹੈ ਅਸੀਂ ਉਹਨੂੰ ਵਧਾਉਣਾ ਚਾਹੁੰਦੇ ਆ। ਇਹ ਵਧ ਕਿਵੇਂ ਸਕਦਾ ਹੈ? ਇਹਦੇ ਲਈ ਅਸੀਂ ਇੱਕ ਸਰਕਾਰ ਕਿਸਾਨ ਮਿਲਣੀ ਕੀਤੀ ਜਿੱਥੇ 15000 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ। ਉੱਥੇ ਨਰਮੇ ਤੇ ਕਪਾਹ ਵਾਲੇ ਕਿਸਾਨਾਂ ਨੇ ਸਾਨੂੰ ਇੱਕ ਆਈਡੀਆ ਦਿੱਤਾ ਕਿ 1 ਅਪ੍ਰੈਲ ਨੂੰ ਜੇ ਟੇਲ ਐਂਡ ਤੇ ਜਿਹੜੀ ਨਰਮਾ ਤੇ कॉटन ਦੀ 벨ਟ ਹੈ ਜੇ 1 ਅਪ੍ਰੈਲ ਨੂੰ ਪਾਣੀ ਆ ਜੇ ਨਹਿਰਾ ਚ ਤਾਂ ਸਾਡਾ ਪਹਿਲਾ ਪਾਣੀ ਨਰਮੇ ਨੂੰ ਨਹਿਰ ਦੇ ਪਾਣੀ ਨਾਲ ਲੱਗ ਜੇ ਦੂਜਾ ਵੀ ਪਾਣੀ ਨਹਿਰ ਦੇ ਪਾਣੀ ਨਾਲ ਤੀਜਾ ਵੀ ਤਾਂ ਸਾਡਾ ਜਿਹੜਾ ਨਰਮੇ ਦਾ ਕਪਾਹ ਦਾ ਬੂਟਾ ਉਹ ਬਹੁਤ ਸਟਰੋਂਗ ਤੇ ਤਕੜਾ ਪੈਦਾ ਹੋਊਗਾ ਤੇ ਉਹਨੂੰ ਕੀਟਨਾਸ਼ਕ ਘੱਟ ਲੱਗਣਗੇ ਤੇ ਅਸੀਂ ਇਸ ਗੱਲ ਦਾ ਭਰੋਸਾ ਵੀ ਦਿੰਦੇ ਆ ਤੇ ਗਰੰਟੀ ਵੀ ਦਿੰਦੇ ਆ ਤੇ ਸੁਨਿਸ਼ਚਿਤ ਵੀ ਕਰ ਰਹੇ ਆ ਕਿ ਪਹਿਲੀ ਵਾਰ ਹੋਊਗਾ ਕਿ ਟੇਲੈਂਡ ਤੇ 1 ਅਪ੍ਰੈਲ ਤੱਕ ਪਾਣੀ ਪਹੁੰਚੂਗਾ ਨਹਿਰਾ ਚ ਤਾਂ ਕਿ ਅਸੀਂ ਨਰਮੇ ਤੇ ਕਪਾਹ ਦੇ ਹੇਠਲਾ ਜਿਹੜਾ ਰਕਬਾ ਉਹਨੂੰ ਵਧਾ ਸਕੀਏ ਬਹੁਤ ਸਾਰੇ ਕਿਸਾਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਸਾਡੀ ਜ਼ਿੰਦਗੀ 'ਚ ਪਹਿਲੀ ਵਾਰ ਹੋਊਗਾ ਕਿ ਸਾਡੇ ਇਲਾਕੇ 'ਚ ਟੇਲਾਂ ਤੇ ਨਰਮਾ ਪੱਟੀ ਦੇ ਵਿੱਚ ਨਹਿਰਾਂ ਦੇ ਵਿੱਚ 1 ਅਪ੍ਰੈਲ ਨੂੰ ਪਾਣੀ ਆ ਜਾਊਗਾ ਸੋ ਉਹ ਉਹਦੀ ਅਸੀਂ ਗਾਰੰਟੀ ਦਿੰਦੇ ਹਾਂ ਇਹ ਪਾਣੀ ਜਿਹੜਾ ਇਹ ਕਿਉਂ ਨਹੀਂ ਪਹੁੰਚਦਾ ਸੀ ਪਹਿਲਾਂ ਕਿਉਂਕਿ ਜਿਹੜੇ ਰਸੂਖਦਾਰ ਕਿਸਾਨ ਸੀ ਰਸਤੇ ਦੇ ਵਿੱਚ ਜਿਹੜੇ ਨਹਿਰਾਂ ਦੇ ਆਲੇ-ਦੋਲੇ ਪੈਂਦੇ ਉਹਨਾਂ ਦੇ ਵੱਡੇ-ਵੱਡੇ ਰਾਜਨੀਤਿਕ ਲੀਡਰਾਂ ਨਾਲ ਸੰਬੰਧ ਸੀ ਉਹ ਜਾਂ ਤਾਂ ਨਜਾਇਜ਼ ਮੋਗੇ ਲਵਾ ਲੈਂਦੇ ਸੀ ਜਾਂ ਫਿਰ ਜਿਹੜੇ ਮੋਗੇ ਬਣੇ ਹੋਏ ਨੇ ਜੇ 10 ਇੰਚ ਦਾ ਮੋਗ ਹੈ ਤੁਹਾਨੂੰ 20 ਇੰਚ ਦਾ ਕਰ ਲੈਂਦੇ ਸੀ ਪਾਣੀ ਜ਼ਿਆਦਾ ਉਹਨਾਂ ਵਿੱਚ ਦੀ ਤਾਂ ਕਿ ਜਾਵੇ ਤਾਂ ਇਹਦੇ ਨਾਲ ਇਸ ਪਾਣੀ ਦੀ ਚੋਰੀ ਨਾਲ ਐਂਡ ਤੱਕ ਟੇਲ ਐਂਡ ਤੱਕ ਪਾਣੀ ਜਿਹੜਾ ਨਹੀਂ ਪਹੁੰਚਦਾ ਸੀ ਸੋ ਅਸੀਂ ਇਹਦੇ ਵਾਸਤੇ ਇੱਕ ਹੱਲ ਹੈ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਕਿਹਾ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਵਿਜੀਲੈਂਸ ਨੂੰ ਵੀ ਕਿਹਾ ਕਿ ਆਪਾਂ ਪਾਣੀ ਦੀ ਚੋਰੀ ਨਹੀਂ ਹੋਣ ਦੇਣੀ ਜਿੰਨਾ ਹੱਕ ਬਣਦਾ ਉਹਨਾਂ ਪਾਣੀ ਜ਼ਰੂਰ ਮਿਲੂਗਾ ਪਰ ਕਿਸੇ ਹੋਰ ਦਾ ਹੱਕ ਮਾਰਨ ਨਹੀਂ ਦੇਣਾ ਸੋ ਅਸੀਂ ਇਹ ਤੁਹਾਨੂੰ ਭਰੋਸਾ ਦਿਵਾਉਂਦੇ ਆ ਕਿ ਪਾਣੀ ਟੇਲ ਐਂਡ ਤੱਕ ਪੂਰਾ ਮਿਲੂਗਾ 33% ਅਸੀਂ ਸਬਸਿਡੀ ਦੇ ਰਹੇ ਹਾਂ ਨਰਮੇ ਤੇ ਕਪਾ ਦੇ ਬੀਜਾਂ ਤੇ ਜਿਹੜੇ ਕਿ ਪੀਏਯੂ ਜਾਨੀ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਰეკਮੈਂਡਡ ਨੇ ਸੋ ਲਗਭਗ ਸਮਝ ਲਓ ਵੀ ਬੀਜ ਦੇ ਕੀਮਤ ਦਾ ਤੀਜਾ ਹਿੱਸਾ ਗਵਰਨਮੈਂਟ ਸਬਸਿਡੀ ਦੇਊਗੀ ਇਸ ਤੋਂ ਇਲਾਵਾ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੁਬਾਰਾ ਫੇਰ ਨਾ ਹਮਲਾ ਕਰਕੇ ਸਾਡੀਆਂ ਫਸਲਾਂ ਨੂੰ ਖਰਾਬ ਕਰੇ ਜਿਹਦੇ ਨਾਲ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਇਹਨਾਂ ਫਸਲਾਂ ਤੋਂ ਕਿ ਆਪਾਂ ਕਿਸੇ ਹੋਰ ਫਸਲ ਪਰ ਜਾਈਏ ਤਾਂ ਫਸਲ ਆਪਾਂ ਨੂੰ ਬੋਣੀ ਪੈਂਦੀ ਹੈ ਜਾਂ ਜਿਹੜੀ ਸੁੰਡੀ ਹੈ ਉਹ ਖਾ ਜਾਂਦੀ ਹੈ ਉਹਦੀ ਰੋਕਥਾਮ ਵਾਸਤੇ ਅਸੀਂ ਬਹੁਤ ਸਾਰੀਆਂ पीएयू ਦੇ ਵਿੱਚ ਰਿਸਰਚ ਤੇ ਕੀਟਨਾਸ਼ਕ ਨਵੇਂ ਤਿਆਰ ਕਰ ਰਹੇ ਹਨ ਇਸ ਤੋਂ ਇਲਾਵਾ ਨਰਮਾ ਕਪਾਹ ਤੇ ਹੋਰ ਫਸਲਾਂ ਤੇ ਅਸੀਂ ਬੀਮੇ ਦੀ ਵੀ ਜਿਹੜੀ ਸ਼ੁਰੂਆਤ ਕਰਨ ਲੱਗਾਂਗੇ